ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ترਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਂਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਆਪ ਸਰਕਾਰ ਦਾ ਵੱਡਾ ਫੈਸਲਾ ਅਪਰਾਧਿਕ ਅੱਖਸ ਵਾਲੇ ਲੋਕਾਂ ਤੋਂ ਵਾਪਸ ਲਏ ਜਾਣਗੇ ਹਥਿਆਰ ਪੰਜਾਬ ਵਿੱਚ ਸਹਿਕਾਰੀ ਬੈਂਕਾਂ ਨੂੰ ਅੱਜ ਲੱਗਿਆ ਤਾਲਾ ਮੁਲਾਜ਼ਮਾਂ ਨੇ ਸ਼ੁਰੂ ਕੀਤੀ ਹੜਤਾਲ ਕਿਸਾਨਾਂ ਦਾ ਵੱਡਾ ਫੈਸਲਾ ਪੀਐਮ ਮੋਦੀ ਦੇ ਐਲਾਨ ਮਗਰੋਂ ਹੁਣ ਬਨਾਇਆ ਜਾਵੇਗਾ ਫਤਿਹ ਦਿਵਸ ਕਿਹੜੇ ਕਾਨੂੰਨ ਤਹਿਤ ਠੋਗੀ ਗੁਰਮੀਤ RAM ਰਹੀਮ ਨੂੰ ਵਾਰ-ਵਾਰ ਦਿੱਤੀ ਜਾ ਰਹੀ ਹੈ ਪੈਰੋਲ ਵਿਕਰਮ ਸਿੰਘ ਮੰਜੀਠਿਆ ਪਰਦਾਰਮਾਤੇ ਕਿਸਾਨ ਸਨਮਾਨ ਦੀ ਸਕੀਮ ਤਹਿਤ ਜ਼ਿਲ੍ਹੇ ਚ 119349 ਕਿਸਾਨਾਂ ਨੇ ਖਾਤਾ ਚ ਟਰਾਂਸਫਰ ਕੀਤੀ ਜਾ ਚੁੱਕੀ ਹੈ 233 ਕਰੋੜ ਰੁਪਏ ਦੀ ਰਾਸ਼ੀ ਪੈਟਰੋਲ ਤੇ ਡੀ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਚ ਲਿਆਉਣ ਲਈ ਕੇਂਦਰ ਤਿਆਰ ਹਰਦੀਪ ਸਿੰਘ ਪੁਰੀ ਕੈਨੇਡਾ ਦਾ ਵੱਡਾ ਐਲਾਨ ਹੁਣ ਪੀਆਰ ਵਾਲੇ ਭਾਰਤੀ ਨਿਵਾਸੀ ਵੀ ਬਣ ਸਕਦੇ ਹਨ ਫੌਜ ਦਾ ਹਿੱਸਾ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੁਧਿਆਣਾ ਪੁਲਿਸ ਨੇ ਕੀਤਾ ਇੱਕ ਹੋਰ ਖੁਲਾਸਾ ਧਰਮਜੋਤ ਕਾਲੋ ਨਾਲ ਜੁੜਿਆ ਲਿੰਕ ਪੰਜਾਬ ਵਿੱਚ ਦੇਸ਼ ਦੇ ਕਈ ਸ਼ਹਿਰਾਂ ਨੂੰ ਦਹਿਲਾਉਣ ਦੀ ਸਾਜ਼ਿਸ਼ ਦਾ ਪਰਦਾ ਫਾਸ਼ਟ ਸਾਹਮਣੇ ਆਇਆ ਅਤਵਾਦ ਦੇ 10 ਵੱਡੇ ਚਿਹਰੇ ਪੰਜਾਬ ਰੋਡਵੇਅ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀਆਂ ਟਰਾਂਸਪੋਰਟ ਵਿਭਾਗ ਨੇ ਮੰਨੀਆਂ ਮੰਗਾਂ ਇਹਨਾਂ ਮੰਗਾਂ ਤੇ ਬਣੀ ਸਹਿਮਤੀ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਬਾਰੇ ਅਮਿਤ ਸ਼ਾਹ ਦਾ ਵੱਡਾ ਬਿਆਨ ਡਾਕਾ ਨੇ ਦੀਆਂ ਇਹਨਾਂ ਸਕੀਮਾਂ 'ਚ ਹੋ ਰਹੇ ਨੇ ਪੈਸੇ ਡਬਲ ਜਾਣੋ ਇਸ ਸਕੀਮ 'ਚ ਜ਼ਿਆਦਾ ਫਾਇਦਾ ਬਿਕਰਮਜੀਠਿਆ ਦੇ ਕੌੜੇ ਬੋਲ ਅਮਰਤਪਾਲ ਸਿੰਘ ਨੂੰ ਦੱਸਿਆ ਡਰਾਮੇਬਾਜ਼ ਆ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਚੌਥੀਆਂ ਖਬਰਾਂ ਹੁਣ ਗੱਲਬਾਤ ਕਰਦੇ ਜੇ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਆਪ ਸਰਕਾਰ ਦਾ ਵੱਡਾ ਫੈਸਲਾ ਅਪਰਾਧਿਕ ਅਕਸ ਵਾਲੇ ਲੋਕਾਂ ਤੋਂ ਵਾਪਸ ਲੈ ਜਾਣਗੇ ਹਥਿਆਰ ਆ ਆਮ ਆਦੀ ਪਾਰਟੀ ਦੇ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਕਰਨ ਅਤੇ ਗੈਰ ਜ਼ਰੂਰੀ ਲਾਇਸੈਂਸਾਂ ਨੂੰ ਰੱਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਆਪ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਤੋਂ ਹਥਿਆਰ ਵਾਪਸ ਲਈ ਜਾਣਗੇ ਪੰਜਾਬ ਚ ਹੈਰਾਨੀਜਨਕ ਹਰਾਨੀ ਹਾਨੀਕਾਰਕ ਗਨ ਕਲਚਰ ਨੂੰ ਖਤਮ ਕੀਤਾ ਜਾਵੇਗਾ ਸੋਮਵਾਰ ਨੂੰ ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਆਪ ਦੇ ਸੀਨੀਅਰ ਆਗੂ ਅਤੇ ਬਲਾਰੇ ਨੇਲਕਰ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੇ ਕਿਹਾ ਕਿ ਪਿਛਲੀ ਬਾਦਲਾਤੇ ਕਾਂਗਰਸ ਸਰਕਾਰ ਨੇ ਵੱਡੀ ਗਿਣਤੀ ਚ ਗੈਰ ਜ਼ਰੂਰੀ ਲੋਕਾਂ ਨੂੰ ਅਸਲੇ ਦੇ ਲਾਇਸੈਂਸ ਦਿੱਤੇ ਜਿਸ ਨਾਲ ਪੰਜਾਬ ਚ ਗਨ ਕਲਚਰ ਨੂੰ ਬੇਲੋੜਾ ਹੁਲਾਰਾ ਮਿਲਿਆ ਤੇ ਸਮਾਜ ਦਾ ਮਾਹੌਲ ਖਰਾਬ ਹੋ ਗਿਆ ਪੰਜਾਬ ਦੇ ਸਹਿਕਾਰੀ ਬੈਂਕਾਂ ਨੂੰ ਅੱਜ ਲੱਗਿਆ ਤਾਲਾ ਮੁਲਾਜ਼ਮਾਂ ਨੇ ਸ਼ੁਰੂ ਕੀਤੀ ਹੜਤਾਲ ਅੱਜ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਸਾਰੇ ਸਹਿਕਾਰੀ ਬੈਂਕਾਂ 'ਤੇ ਤਾਲਾ ਲਗਾ ਦਿੱਤਾ ਗਿਆ ਤੇ ਸਾਰੇ ਮੁਲਾਜ਼ਮਾਂ ਵੱਲੋਂ ਇੱਕਜੁੱਟ ਹੋ ਕੇ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਕੀਤੀ ਗਈ ਹੈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ 'ਚ 2 ਨਵੰਬਰ ਤੋਂ 8 ਜ਼ਿਲ੍ਹਿਆਂ ਵਿੱਚ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਜੋ ਹੁਣ ਪੰਜਾਬ ਪੱਧਰ ਤੇ ਸ਼ੁਰੂ ਹੋ ਗਈ ਹੈ ਕਿਸਾਨਾਂ ਦਾ ਵੱਡਾ ਫੈਸਲਾ ਪੀਐਮ ਮੋਦੀ ਦੇ ਐਲਾਨ ਮਗਰੋਂ ਹੁਣ ਮਨਾਇਆ ਜਾਵੇਗਾ ਫਤਿਹ ਦੇਸ ਸਾਂਯੁਕਤ ਕਿਸਾਨ ਮੋਰਚੇ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਕੱਲ ਗੋਦਵਾਰਾ ਸ਼੍ਰੀ ਰਿਕਾਬਗੱਜ ਸਾਹਿਬ ਵਿਖੇ ਹੋਈ ਜਿੱਥੇ ਦੇਸ਼ ਭਰ ਦੀਆਂ ਜਥੇਬੰਦੀਆਂ ਨੇ ਮੁੱਖ ਆਗੂਆਂ ਹਿੱਸਾ ਲਿਆ ਜਿਵੇਂ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲੇ ਕਿਸਾਨ ਅੰਦੋਲਨ ਨੂੰ ਖਤਮ ਹੋਏ 1 ਸਾਲ ਹੋਣ ਜਾ ਰਿਹਾ ਤੇ ਕੇਂਦਰ ਸਰਕਾਰ ਵੱਲੋਂ ਮੋਰਚੇ ਨਾਲ ਕੀਤੇ ਗਏ ਸਮਝੌਤੇ ਵਾਲੇ ਜ਼ਿਆਦਾਤਰ ਵਾਅਦੇ ਹੁਣ ਵੀ ਪੂਰੇ ਨਹੀਂ ਹੋਏ ਨੇ ਇਸ ਤੱਥ ਨੂੰ ਕੇਂਦਰ ਵਿੱਚ ਰੱਖਦੇ ਹੋਏ ਕੱਲ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਪਿਛਲੇ ਸਾਲ 19 ਨਵੰਬਰ ਨੂੰ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਨ ਕੀਤੀ ਗਈ ਸੀ ਇਸ ਸ아요ਤਕ ਕਿਸਾਨ ਮੋਚ ਨੇ ਇਹ ਫੈਸਲਾ ਕੀਤਾ ਕਿ ਇਸ ਦਿਨ ਨੂੰ ਫਤਿਹ ਦਿਵਸ ਵਜੋਂ ਮਨਾਇਆ ਜਾਵੇਗਾ 26 ਨਵੰਬਰ 2020 ਨੂੰ ਸ아요ਤਕ ਕਿਸਾਨ ਮੋਚ ਦੀ ਅਪੀਲ ਤੇ ਲੱਖਾਂ ਕਿਸਾਨ ਦਿੱਲੀ ਨੂੰ ਰਵਾਨਾ ਹੋਏ ਸੀ ਸੰਯੁਕਤ ਮੋਚ ਦਾ ਫੈਸਲਾ ਕਿ ਆਉਣ ਵਾਲੇ 26 ਨਵੰਬਰ ਨੂੰ ਹਰ ਸੂਬੇ ਦੇ ਰਾਜਪਾਲ ਵੱਲੋਂ ਮਾਰਚ ਕੀਤੇ ਜਾਣਗੇ ਤੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ ਇਹਨਾਂ ਮੰਗ ਪੱਤਰਾਂ ਵਿੱਚ ਸਯੁਗਤ ਕਿਸਾਨ ਮੋਰਚੇ ਦੀਆਂ ਕੇਂਦਰੀ ਮੰਗਾਂ ਦੇ ਨਾਲ ਉਸ ਸੂਬੇ ਦੀਆਂ ਮੰਗਾਂ ਵੀ ਹੋਣਗੀਆਂ 11 ਦਸੰਬਰ 2021 ਨੂੰ ਜਿੱਤ ਤੋਂ ਬਾਅਦ ਕਿਸਾਨ ਵਾਪਸ ਪਿੰਡਾਂ ਵੱਲੋਂ ਫਤਿਹ ਮੱਚ ਕਰਦਾ ਵਾਪਸ ਗਏ ਸੀ ਜੋ ਆਉਣ ਵਾਲੇ 11 ਦਸੰਬਰ ਨੂੰ ਮੋਰਚੇ ਦੇ ਮੋਰਚੇ ਦਾ ਜਿੱਤ ਦਿਵਸ ਮਨਾਇਆ ਜਾਵੇਗਾ ਕਿਹੜੇ ਕਾਨੂੰਨ ਤਹਿਤ ਢੋਂਗੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਦਿੱਤੀ ਜਾ ਰਹੀ ਹੈ ਪੈਰੋਲ ਵਿਕਰਮ ਸਿੰਘ ਮੰਜੀਠੀਆ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮੰਜੀਠੀਆ ਨੇ ਕੱਲ ਹਰਿਆਣਾ ਦੇ ਮੁੱਖ ਮੰਤਰੀ ਮਲੋਹਰ لال ਖੱਟਰ ਨੂੰ ਆਖਿਆ ਕਿ ਦੱਸਰਕੇ ਕਿਸ ਕਾਨੂੰਨ ਤਹਿਤ ਢੋਂਗੀ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜਦੋਂ ਕਿ ਗੁਰਸਿੱਖ ਭਾਈ ਬਲਵੰਤ ਸਿੰਘ ਰਾਜਵਾਨ ਨੂੰ 28 ਸਾਲਾਂ ਬਾਅਦ ਇੱਕ ਵਾਰ ਵੀ ਪੈਰੋਲ ਨਹੀਂ ਦਿੱਤੀ ਗਈ ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲੜ ਮਗਰੋਂ ਵੀ ਉਹਨਾਂ ਨੂੰ ਹੁਣ ਰਿਹਾਰ ਨਹੀਂ ਕੀਤਾ ਜਾ ਰਿਹਾ ਵਿਕਰਮ ਸਿੰਘ ਮੰਜੀਟਿਆ ਨੇ ਅਮਿਤਪਾਲ ਸਿੰਘ ਨੇ ਖਿਲਾਫ ਵੀ ਸਖਤ ਸਟੈਂਡ ਲਿਆ ਤੇ ਉਸ ਨੂੰ ਬਹਿਰੂਪੀਆ ਕਰਾ ਦਿੱਤਾ ਜੋ ਸੰਤ ਜਰਨੈਲ ਸਿੰਘ ਪਿੱਡਰਾ ਵਾਲਾ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਸਕੀਮ ਤਹਿਤ ਜ਼ਿਲ੍ਹੇ ਚ 119349 ਕਿਸਾਨਾਂ ਦੇ ਖਾਤੇ ਚ ਟਰਾਂਸਫਰ ਕੀਤੀ ਜਾ ਚੁੱਕੀ ਹੈ 233 ਕਰੋੜ ਰੁਪਏ ਦੀ ਰਾਸ਼ੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਧਾਨਮਾਤਿਕ ਕਿਸਾਨ ਸਨਮਾਨਿਤ ਸਕੀਮ ਤਹਿਤ ਜ਼ਿਲ੍ਹੇ ਵਿੱਚ 119339 ਕਿਸਾਨਾਂ ਨੂੰ ਰਜਿਸਟਰਡ ਕੀਤਾ ਗਿਆ ਅਤੇ ਉਨ੍ਹਾਂ ਦੇ ਖਾਤੇ ਵਿੱਚ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਕਵਾ ਕੇ ਕਿਸ਼ਤਾਂ ਰਾਹੀਂ ਕੁੱਲ 233 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਸਕ ਮੀਟਿੰਗਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੀਟਿੰਗ ਨੂੰ ਸੰਬੋਧਨ ਕਰਦੇ ਸਨ ਡੈਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਕਿਸਾਨਾਂ ਨੂੰ ਵੱਖ-ਵੱਖ ਜਾਗਰੂਤਾ ਕੈਂਪਾਂ, ਪ੍ਰਚਾਰ ਵੈਨਾਂ, ਸਕੂਲੀ ਬੱਚਿਆਂ ਦੇ ਮੁਕਾਬਲੇ ਰੈਲੀਆਂ ਤੇ ਧਾਰਮਿਕ ਸਥਾਨਾਂ ਰਾਹੀਂ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕਰਕੇ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਇਨ ਸੀ ਟੂ ਸੀ ਆਰ ਐਮ ਸਕੀਮ ਤਹਿਤ ਜਿਹੜੇ ਦੇ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਸਫਾਈ ਤੇ ਮਸ਼ੀਨਰੀ ਮਰਹਾਈਆ ਕਰਵਾਈ ਗਈ। ਜਿਸ ਤਹਤ ਹੁਣ ਤੱਕ ਕਿਸਾਨਾਂ ਵੱਲੋਂ ਕੁੱਲ 412 ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ ਤੇ ਇਹਨਾਂ ਮਸ਼ੀਨਾਂ ਦੀ ਸਬਸਿਡੀ ਦੀ ਰਕਮ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਬਾਅਦ ਟਰਾਂਸਫਰ ਕੀਤੀ ਜਾ ਰਹੀ ਹੈ। ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਚ ਲਿਆ ਆਉਣ ਦੇ ਕੇਂਦਰ ਤਿਆਰ ਹਰਦੀਪ ਸਿੰਘ ਪੁਰੀ ਪੈਟਰੋਲ ਅਤੇ ਡੀਜ਼ਲ ਨੂੰ ਗੁੱਡਸ ਐਂਡ ਸਰਵਿਸ ਟੈਕਸ ਦੇ ਅਧੀਨ ਲਿਆਉਣ ਲਈ ਤਿਆਰ ਹੈ ਪਰ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਰਾਜ ਅਜੇ ਇਹ ਕਦਮ ਲੈ ਸਹਿਮਤ ਹੋਣਗੇ ਅੱਜ ਜਿੱਥੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਪ੍ਰਗਟਾਵਾ ਕਰਦਿਆ ਕਿ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਰਾਜਾਂ ਨੂੰ ਸਹਿਮਤ ਹੋਣਾ ਚਾਹੀਦਾ ਹੈ ਜੇਕਰ ਰਾਜ ਕਦਮ ਉਠਾਉਂਦੇ ਹਨ ਤਾਂ ਅਸੀਂ ਹਰ ਤਰ੍ਹਾਂ ਨਾਲ ਤਿਆਰ ਹਾਂ ਇਹ ਮੇਰੀ ਸਮਝ ਹੈ ਇਹ ਇੱਕ ਵੱਖਰਾ ਮੁੱਦਾ ਹੈ ਕਿ ਇਸ ਨੂੰ ਕਿਵੇਂ ਲਾਗੂ ਕਰਨਾ ਹੈ ਮੰਤਰੀ ਨੇ ਹਾਲਾਂਕਿ ਇਸ਼ਾਰਾ ਕੀਤਾ ਕਿ ਸੰਭਾਵਨਾ ਨਹੀਂ ਹੈ ਕਿ ਰਾਜ ਅਜੇ ਇਹ ਕਦਮ ਲੈ ਸਹਿਮਤ ਹੋਣਗੇ ਕਿਉਂਕਿ ਸ਼ਰਾਬ ਅਤੇ ਊਰਜਾ ਉਹਨਾਂ ਲਈ ਮਾਲੀਆ ਪੈਦਾ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਕਿ ਕਿਹਾ ਕਿ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਹ ਇਸ ਤੋਂ ਮਾਲੀਆ ਪ੍ਰਾਪਤ ਕਰਦੇ ਨੇ ਅਤੇ ਇੱਕ ਜਿਸ ਨੂੰ ਮਾਲੀਆ ਮਿਲ ਰਿਹਾ ਹੈ ਉਹ ਇਸ ਨੂੰ ਕਿਉਂ ਛੱਡੇਗਾ ਸ਼ਰਾਬ ਅਤੇ ਊਰਜਾ ਦੋ ਚੀਜ਼ਾਂ ਹਨ ਜੋ ਮਾਲੀਆ ਪੈਦਾ ਕਰਦੇ ਹਨ ਇਸ ਬਾਰੇ ਸਿਰਫ ਕੇਂਦਰ ਸਰਕਾਰ ਹੀ ਚਿੰਤਤ ਹੈ ਕੈਨੇਡਾ ਦਾ ਵੱਡਾ ਐਲਾਨ ਹੁਣ ਪੀਆਰ ਵਾਲੇ ਭਾਰਤੀ ਨਿਵਾਸੀ ਵੀ ਵੰਡ ਸਕਦੇ ਹਨ ਫਾਇਦਾ ਹਿੱਸਾ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਲਈ ਚੰਗੀ ਖਬਰ ਹੈ ਜੀ ਕੈਨੇਡੀਅਨ ਆਰਮਡ ਫੋਰਸਸ ਨੇ ਐਲਾਨ ਕੀਤਾ ਕਿ ਸਥਾਈ ਨਿਵਾਸੀ ਜਿਨ੍ਹਾਂ ਵਿੱਚ ਭਾਰਤੀਆਂ ਦਾ ਵੱਡਾ ਹਿੱਸਾ ਸ਼ਾਮਲ ਹੈ ਹੁਣ ਫੌਜ ਵਿੱਚ ਭਾਰਤੀ ਹੋਣ ਦੇ ਯੋਗ ਹਨ ਇਹ ਘੋਸ਼ਣਾ ਯਾਦਗਾਰ ਦਿਸ਼ ਦੇ ਨੇੜੇ ਕੀਤੀ ਗਈ ਹੈ ਇਹਨਾਂ ਰਿਪੋਰਟਾਂ ਦੇ ਵਿੱਚਕਾਰ ਕੈਨੇਡੀਅਨ ਫੌਜ ਹਜ਼ਾਰਾਂ ਖਾਲੀ ਸਾਮਿਆਂ ਨੂੰ ਭਰਨ ਲਈ ਨਵੇਂ ਮੈਂਬਰਾਂ ਦੀ ਭਰਤੀ ਕਰਨ ਲਈ ਸੰਘਰਸ਼ ਕਰ ਰਹੀ ਹੈ 2021 ਤੱਕ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਨਾਲ 80 ਲੱਖ ਤੋਂ ਵੱਧ ਪ੍ਰਵਾਸੀ ਸਨ ਜੋ ਕੁੱਲ ਕੈਨੇਡੀਅਨ ਆਬਾਦੀ ਦਾ ਲਗਭਗ 21.5 ਪ੍ਰਤੀਸ਼ਤ ਹਨ ਅਤੇ ਉਸੇ ਸਾਲ ਲਗਭਗ 1 ਲੱਖ ਭਾਰਤੀ ਕੈਨੇਡਾ ਦੇ ਪੱਕੇ ਨਿਵਾਸੀ ਬਣੇ ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿੱਚ ਰਿਕਾਰਡ ਇਹ 4,50090 ਪ੍ਰਵਾਸੀਆਂ ਨੂੰ ਸਵੀਕਾਰ ਕੀਤਾ ਅੰਕੜਿਆਂ ਦੇ ਅਨੁਸਾਰ ਕੈਨੇਡਾ ਵਿੱਚ 2022 ਅਤੇ 2024 ਦੇ ਵਿਚਕਾਰ 1 ਮਿਲੀਅਨ ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਸੰਭਾਵਨਾ ਜੋ ਕਿ ਫੌਜਦਵਾਰਾ ਚੁਣੇ ਜਾਣ ਵਾਲੇ ਉਮੀਦਵਾਰਾਂ ਦੇ ਭੂਲ ਨੂੰ ਭਾਰੀ ਰੂਪ ਵਿੱਚ ਵਧਾਉਂਦਾ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੁਧਿਆਣਾ ਪੁਲਿਸ ਨੇ ਕੀਤਾ ਇੱਕ ਹੋਰ ਖੁਲਾਸਾ ਧਰਮਿੰਦਰ ਜੋਤ ਕਹੋ ਨਾਲ ਜੁੜਿਆ ਲਿੰਕ ਹੁਣ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਦੱਸਦੇ ਕਿ ਗੈਂਗਸਟਰ ਮਨੀ ਰਈਆ ਨੂੰ ਬੀਤੇ ਦਿਨ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਆਈ ਸੀ ਇਸ ਦੌਰਾਨ ਵਿਦੇਸ਼ ਨਾਲ ਜੁੜਿਆ ਹੋਇਆ ਲਿੰਕ ਸਾਹਮਣੇ ਆਇਆ ਧਰਮ ਗੈਂਗਸਟਰ ਗੋਲਡੀ ਬਰਾੜ ਤੋਂ ਬਾਅਦ ਹੁਣ ਧਰਮਜੋਤ ਸਿੰਘ ਨਾਲ ਲਿੰਕ ਅੱਧੇ ਜਾ ਰਹੇ ਨੇ ਇਸ ਨੂੰ ਲੈ ਕੇ ਪੁੱਛਦੇ ਜਿੱਥੇ ਇਸ ਗੱਲ ਦਾ ਖੁਲਾਸਾ ਕੀਤੇ ਉਦੋਂ ਹੀ ਉਹਨਾਂ ਵਿਦੇਸ਼ ਦੇ ਨਾਲ ਵੀ ਕੜੀ ਜੋੜਦੇ ਧਰਮਜੋਤ ਸਿੰਘ ਨੂੰ ਗੋਲਡੀ ਬਰਾੜ ਤੋਂ ਜਿਗਰੀ ਯਾਰ ਦੱਸਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੇਗੀ ਕਰ ਹਥਿਆਰ ਸਪਲਾਈ ਕਰਕੇ ਕਰਤੇ ਗੈਸਟਰ ਨੂੰ ਮਾਨੀਟਰ ਕਰਨ ਵਾਲੇ ਗੋਲਡੀ ਬ੍ਰਾਂਡ ਤੋਂ ਉਪਦੇਸ਼ ਬੈਠੇ ਸਾਥੀ ਧਰਮਜੋਤ ਸਿੰਘ ਦਾ ਵੀ ਨਾਮ ਸਾਹਮਣੇ ਆਇਆ ਉਹਨਾਂ ਕਿਹਾ ਕਿ ਗੈਸਟਰ ਮਣੀ ਰਈਆ ਨੂੰ ਬੇਤੇ ਦੇ ਨਿ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਂਦਾ ਗਿਆ ਸੀ ਪੰਜਾਬਸ ਵਿੱਚ ਦੇ ਕਈ ਸ਼ਹਿਰਾਂ ਨੂੰ ਦਹਿਲਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਸਾਹਮਣੇ ਆਏ ਆਤਵਾਦ ਦੇ 10 ਵੱਡੇ ਚਿਹਰੇ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਕਈ ਸ਼ਹਿਰਾਂ ਨੂੰ ਹਿਲਾ ਕੇ ਰੱਖ ਦੇਣ ਦੀ ਸਾਜ਼ਿਸ਼ ਨੂੰ ਲੈ ਕੇ ਕਈ ਵੱਡੇ ਨਾਮ ਸਾਹਮਣੇ ਆ ਚੁੱਕੇ ਨੇ ਪੰਜਾਬ ਅਤੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੋਈ ਤਬਾਹੀ ਦਾ ਤੇ ਹਿੰਦੂਵਾਦੀ ਨੇਤਾਵਾਂ ਡੇਰਿਆਂ ਦੇ ਪੈਰੋਕਾਰਾਂ ਉੱਤੇ ਦੇਸ਼ ਵਿਰੋਧੀ ਗਤੀਵਿਧੀਆਂ ਖੋੜ ਖਰਾਬਾ ਤੇ ਟਾਰਗੇਟ ਕਿਲਿੰਗ ਦੇ ਮਾਮਲਿਆਂ ਵਿੱਚ ਪਾਕਿਸਤਾਨ ਆਈਐਸਆਈਰ ਦੇ ਖਾਲਿਸਤਾਨ ਦੇ 10 ਖੌਫਨਾਕ ਚਿਹਰਿਆਂ ਦੇ ਨਾਮ ਸਾਹਮਣੇ ਆਏ ਨੇ ਨਿਊਜ਼ 18 ਨੂੰ ਇਸ ਦੀ ਜਾਣਕਾਰੀ ਮਿਲੀ ਕੇਂਦਰੀ ਏਜੰਸੀਆਂ ਦੇ ਇਨਪੁਟਸ ਤੇ ਪੰਜਾਬ ਪੋਸ ਦੀ ਗੁਪਤ ਰਿਪੋਰਟ ਵਿੱਚ دہشت ਦੇ ਇਹਨਾਂ 10 ਚਿਹਰਿਆਂ ਦੇ ਨਾਮ ਅਤੇ ਪਤੇ ਦੱਸੇ ਗਏ ਨੇ ਜਾਣਕਾਰੀ ਅਨੁਸਾਰ ਕਿ ਇਹ ਨਾ ਸਿਰਫ ਪੰਜਾਬ ਹੀ ਨਹੀਂ ਦੇਸ਼ ਭਰ ਚ ਕਈ ਹਿੰਦੂਵਾਦੀ ਨੇਤਾਵਾਂ ਦੀ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਅੰਜਾਮ ਦੇਣ ਲਈ ਐਂਟੀ ਇੰਡੀਆ ਆਪਰੇਸ਼ਨ ਚਲਾ ਰਿਹਾ ਹੈ ਇਹਨਾਂ ਦੀ ਤਿਆਰੀ ਵਿਚ ਇਹ ਧਾਰਮਿਕ ਜਨੂਨ ਫੈਲਾਉਣ ਦੀ ਹੈ ਤੇ ਪਹਿਲੀ ਵਾਰ ਇਹਨਾਂ ਨਾਵਾਂ ਦਾ ਖੁਲਾਸਾ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਯੂਨਿਟ ਅਤੇ ਕੇਂਦਰੀ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕੀਤਾ ਪੰਜਾਬ ਰੋਡ ਵਿੱਚ ਪੰਨਬਾਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀਆਂ ਟ੍ਰਾਂਸਪੋਰਟ ਵਿਭਾਗ ਨੇ ਮੰਗਾਂ ਮੰਗਾ ਇਹਨਾਂ ਮੰਗਾਂ ਤੇ ਬਣੀ ਸਹਿਮਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਟ੍ਰਾਂਸਪੋਰਟ ਵਿਭਾਗ ਦੇ ਸੂਬੇ ਦੀ ਪੰਜਾਬ ਰੋਡਵੇਜ ਪੰਨਪਾਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਦੀਆਂ ਪ੍ਰਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਿਆ ਇਸ ਸਬੰਧੀ ਫੈਸਲਾ ਕੱਲ ਇਥੇ ਮੁੱਖ ਮੰਤਰੀ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜਨਨ ਤੇ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਅਮਨਦੀਪ ਕੌਰ ਦੇ ਯੂਨੀਅਨ ਦੇ ਵਫਦ ਜਿਸ ਵਿੱਚ ਸੂਬਾ ਪ੍ਰਦਾਸ਼ ਦੇਸ਼ਮ ਸਿੰਘ ਸ਼ਮਸ਼ੇ ਸੰਗਠਨ ਲੋਹਰਕੇਸ਼ ਕੁਮਾਰ ਜਗਤਾਰ ਸਿੰਘ ਅਤੇ ਦਲਜੀਤ ਸਿੰਘ ਮੌਜੂਦ ਸਨ ਨਾਲ ਵਿਸਤਾਰ ਪੂਰਵਕ ਗੱਲਬਾਤ ਕੀਤੀ ਗਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮਤਲਬ ਕੀਤੇਕਰ ਡਾਕਟਰ ਪ੍ਰਿੰਤਪਾਲ ਸਿੰਘ ਵਿਰੁੱਧ ਜਾਂਚ ਸਮਵਬਦ ਢੰਗ ਨਾਲ ਕੀਤੀ ਜਾਵੇਗੀ ਤਿੰਨ ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ ਯੂਨੀਅਨ ਵੱਲੋਂ ਇਸ ਮਾਮਲੇ ਦੀ ਸਮਵਬਦ ਜਾਂਚ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਿਆ ਤੇ ਇਸੇ ਤਰ੍ਹਾਂ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦੇ ਵਿਭਾਗ ਦੇ ਨਿਯਮਾਂ ਅਨੁਸਾਰ 7 ਦਿਨਾਂ ਦੇ ਅੰਦਰ-ਅੰਦਰ ਸ੍ਰਮੇਪਰ ਤੋਂ ਪੱਟੀ ਟ੍ਰਾਂਸਫਰ ਹੋਏ ਮੁਲਾਜ਼ਮਾਂ ਦੀਆਂ ਬਦਲੀਆਂ ਦਾ ਜਾਇਜ਼ਾ ਲੈਣ ਲਈ ਵੀ ਸਹਿਮਤੀ ਦੇ ਦਿੱਤੀ ਹੈ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਬਾਰੇ ਅਮਰਿਤ ਸ਼ਾਹ ਦਾ ਵੱਡਾ ਬਿਆਨ ਦੇਖੋ ਵੇਰਵਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਰਿਤ ਸ਼ਾਹ ਦੇ ਵੱਲੋਂ ਨਿਊਜ਼ 18 ਦੇ ਮੰਚ 'ਤੇ ਇੰਟਰਵਿਊ ਦੇ ਦੌਰਾਨ ਵੱਡਾ ਬਿਆਨ ਦਿੱਤਾ ਗਿਆ ਅਮਰਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਅੰਦਰ ਨਿਤ ਦਿਨ ਕਤਲ ਹੋ ਰਹੇ ਨੇ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਨਜ਼ਰ ਆ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਪਰ ਸਰਹੱਦੀ ਸਟੇਟ ਹੋਣ ਕਾਰਨ ਅਸੀਂ ਸਖਤ ਕਦਮ ਚੁੱਕ ਰਹੇ ਹਾਂ ਦੱਸਦੇ ਕਿ ਅੰਮ੍ਰਿਤਸਰ ਦੇ ਵੱਲੋਂ ਇੰਟਰਵਿਊ ਦੇ ਦੌਰਾਨ ਭਾਰਤ ਦੇ ਅੰਦਰ ਜਲਦਾ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਦੀ ਗੱਲ ਵੀ ਕਹੀ ਗਈ ਹੈ ਡਾਕ ਖਾਣੇ ਦੀਆਂ ਇਹਨਾਂ ਸਕੀਮਾਂ 'ਚ ਹੋ ਰਹੇ ਨੇ ਪੈਸੇ ਡਬਲ ਜਾਣ ਨੂੰ ਇਸਕੀਮ 'ਚ ਜ਼ਿਆਦਾ ਫਾਇਦਾ ਦੋਸਤੋ ਜੇਕਰ ਤੁਸੀਂ ਵੀ ਸੁਰੱਖਿਆ ਤੇ ਨਿਵੇਸ਼ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਕਈ ਯੋਜਨਾਵਾਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਤੁਹਾਡੇ ਪੈਸੇ ਕੁਝ ਸਾਲਾਂ ਵਿੱਚ ਦੁੱਗਣੇ ਹੋ ਜਾਣਗੇ ਡਾਕਰਨਰੀਅਨ ਸਕੀਮਾਂ 'ਚ ਤੁਹਾਡਾ ਪੈਸਾ ਸੁਰੱਖਿਅਤ ਰਹਿੰਦਾ ਮਤਲਬ ਕਿ ਤੁਹਾਡੇ ਪੈਸੇ ਨਹੀਂ ਡੁੱਬਣਗੇ डाकखाने ਦੀਆਂ ਅਜਿਹੀਆਂ ਕਈ ਬਚਤ ਯੋਜਨਾਵਾਂ ਹਨ ਜਿਨ੍ਹਾਂ ਵਿੱਚ ਜੇਕਰ ਤੁਸੀਂ ਪੈਸਾ ਨਿਵੇਸ਼ ਕਰਦੇ ਹੋ ਤਾਂ ਜਲਦੀ ਹੀ ਤੁਹਾਡੇ ਪੈਸੇ ਦੁੱਗਨੇ ਹੋ ਜਾਣਗੇ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤੇ ਫਿਲਹਾਲ 7.4% ਵਿਆਜ ਦਿੱਤਾ ਜਾ ਰਿਹਾ ਹੈ ਲਗਭਗ 9.73 ਸਾਲਾਂ ਵਿੱਚ ਇਸ ਸਕੀਮ ਵਿੱਚ ਤੁਹਾਡੇ ਪੈਸੇ ਦੁੱਗਰੇ ਹੋ ਜਾਣਗੇ ਡਾਕ ਘਰ ਦੇ 15 ਸਾਲਾਂ ਪਬਲਿਕ ਪ੍ਰੋਵੀਡੈਂਟ ਫੰਡ ਪੀਪੀਐਫ ਤੇ ਫਿਲਹਾਲ 7.1% ਵਿਆਜ ਮਿਲ ਰਿਹਾ ਹੈ ਜਾਨੀ ਇਸ ਦਰ ਤੇ ਤੁਹਾਡੇ ਪੈਸੇ ਦੇ ਦੁੱਗਣਾ ਕਰਨ ਲਈ ਲਗਭਗ 10 ਸਾਲ ਲੱਗਣਗੇ ਜੇਕਰ ਤੁਸੀਂ ਪੋਸਟ ਆਫਿਸ ਸੇਵਿੰਗ ਅਕਾਊਂਟ ਵਿੱਚ ਆਪਣਾ ਪੈਸਾ ਰੱਖਦੇ ਹੋ ਤਾਂ ਤੁਹਾਨੂੰ ਪੈਸੇ ਦੇ ਦੁੱਗਨੇ ਹੋਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਕਿਉਂਕਿ ਸਿਰਫ 4% ਪ੍ਰਤੀ ਸਾਲਾਨਾ ਵਿਆਜ ਦਿੰਦਾ ਹੈ ਜਾਨੀ ਤੁਹਾਡੇ ਪੈਸੇ 18 ਸਾਲਾਂ ਵਿੱਚ ਦੁੱਗਨੇ ਹੋ ਜਾਣਗੇ 1 ਸਾਲ ਤੋਂ 3 ਸਾਲ ਤੱਕ ਪੋਸਟ ਆਫਿਸ ਟਾਈਮ ਡਿਪੋਜ਼ਿਟ ਤੇ 5.5 ਫੀਸਦੀ ਵਿਆਜ ਮਿਲ ਰਿਹਾ ਜੇਕਰ ਤੁਸੀਂ ਇਸ ਵਿੱਚ ਨਿਵੇਸ਼ ਕਰਦੇ ਹੋ ਤਾਂ ਲਗਭਗ 13 ਸਾਲਾਂ ਵਿੱਚ ਤੁਹਾਡਾ ਪੈਸਾ ਦੁੱਗਣਾ ਹੋ ਜਾਵੇਗਾ ਇਸੇ ਤਰ੍ਹਾਂ ਤੁਹਾਨੂੰ 5 ਸਾਲਾਂ ਦੇ ਸਮੇਂ ਦੀ ਸਮੇਂ ਦੀ ਜਮਾ ਰਕਮ ਤੇ 6.7% ਵਿਆਜ ਮਿਲ ਰਿਹਾ ਜੇਕਰ ਇਸ ਵਿਆਜ ਦਰ ਤੇ ਪੈਸਾ ਲਗਾਇਆ ਜਾਂਦਾ ਹੈ ਤਾਂ ਲਗਭਗ 10. ਸੱਤ ਜਾਨੀ ਕਿ ਪੌਣੇ 10 ਸਾਲਾਂ ਵਿੱਚ ਤੁਹਾਡਾ ਪੈਸਾ ਦੁੱਗਣਾ ਹੋ ਜਾਵੇਗਾ ਅਗਲੀ ਖਬਰ ਹੈ ਜੀ ਵਿਕਰਮ ਮੰਜੀਟਿਆ ਦੇ ਕੌੜੇ ਬੋਲ ਅਮਰਪਾਲ ਸਿੰਘ ਨੂੰ ਦੱਸਿਆ ਡਰਾਮੇਬਾਜ਼ ਆਕਾਲੀ ਦਲ ਦੇ ਆਗੂ ਵਿਕਰਮ ਸਿੰਘ ਮੰਜੀਟਿਆ ਨੇ ਵਾਸ ਪੰਜਾਬ ਦੀ ਜਥੇਬੰਦੀ ਦੇ ਆਗੂ ਅਮਰਪਾਲ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਨੇ ਅਮਰਪਾਲ ਸਿੰਘ ਨੂੰ ਡਰਾਮੇਬਾਜ਼ ਦੱਸਿਆ ਉਹਨੇ ਕਿਹਾ ਕਿ ਅਮਰਪਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਮੰਜੀਟਿਆ ਨੇ ਕਿਹਾ ਕਿ ਕੋਈ ਪੰਜਾਬੀ ਖਾਲਿਸਤਾਨ ਨਹੀਂ ਚਾਹੁੰਦਾ ਉਧਰ ਬੀਬੀ ਜਗੀਰ ਕੌਰ ਤੇ ਤਾਂਜ ਕਹਦੇ ਹੋਏ ਮਨਜੀਤ ਸਿੰਘ ਨੇ ਕਿਹਾ ਕਿ ਜੇ ਸੇਵਾ ਕਰਨੀ ਹੀ ਹੈ ਤਾਂ ਸਵੇਰੇ ਸਾਡੇ ਨਾਲ ਚੱਲਣ ਤੇ ਜੋੜਿਆਂ ਦੀ ਸੇਵਾ ਕਰਨ ਪਰ ਬੀਬੀ ਸੇਵਾ ਨਹੀਂ ਮੇਵਾ ਪਾਲਦੀ ਐ ਇਹ ਸੇਵਾ ਕਰਮਾ ਨਾਲ ਮਿਲਦੀ ਐ ਤਾਂ ਦੋਸਤੋ ਇਸsingੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾਤਰੀ ਨ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਜਾਣਕਾਰੀ ਨੂੰ ਵਾਤੋ ਵਾਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਆ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ